ਸਾਰਾ ਰਾਧਾ ਪਾਈ ਲੋ ਸਾਗ ਪਿੱਛੋਂ ਹਰਿਆਲੀ ਨਜ਼ਰ ਆਉਂਦੀ ਪਈ ਹੈ ਇੱਥੇ ਸਾਗ ਹੀ ਵੇ ਜਨਾਬ ਸਰਸੋਂ ਇਹ ਹਾਲੀ ਤਿਆਰ ਕੋ ਨਹੀਂ ਤਿਆਰ ਥੀ ਸੀ ਮਹੀਨਾ 15 ਤੋਂ 20 ਦਿਵਾਰਾਂ ਦੇ ਰਿਹਾ ਹਾਲੀ 15 20 ਦਿਵਾਰਾਂ ਲੱਗ ਸਨੇ ਕੋ ਤੇ ਹਾਲ ਸ਼ਾਲ ਆ ਮਰਾ ਨਹੀਂ ਪਿਆ ਕਣਕ ਨਹੀਂ ਬੀਜਾਈ ਦੀ ਸ਼ੁਰੂ ਤਿਆਰਾਂ ਤੀਆਂ ਆਪਾਂ ਕਣਕ ਫੁੱਲ ਤਿਆਰਾਂ ਕਣਕ ਬੀਜਣ ਦੀ ਇਹਦੇ ਕੋ ਹਾਲ ਸਾਰੀਆਂ ਜ਼ਮੀਨਾਂ ਖਾਲੀ ਤੀਆਂ ਮਿੰਜਣਾ ਲੋ ਵੀ ਕਾਫੀ ਸਾਰੀ ਜ਼ਮੀਨ ਖਾਲੀ ਥਈ ਪਈ ਹੈ ਕਿਹੜੀ ਪਟਕੀ ਬਦਿਖਣਾ ਵੇ ਹੈ ਹਿੰਦੂ ਬਣਿਆ ਖਣੇ ਅੱਜ ਅੱਛਾ ਓ ਹੋ ਪੂਰਾ ਸਨੀ ਦੇਵਲ ਬਣਿਆ ਵਾ ਅੱਜ ਤਾਂ ਹਾਂ ਬਣਾਓ ਵੀਡੀਓ ਕਿਆ ਅਕਸ ਆ ਜਾ ਆਵਾਮ ਕੋ ਇਡੋ 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 ਪਕੜੀ ਦੋ ਇਡੋ ਕੈਮਰਾ ਹੈ ਤਾਂ ਕਿਆ ਆ ਗਾ ਕਿਆ ਆ ਗਾ ਮੈਂ ਕਿਆ ਫੜਾ ਕਿਆ ਸਲਾਮ ਦੁਆ ਕਰ ਰਹੇ अस्सलाम वालेकुम दोस्तों कैसे हो उम्मीद करता हूँ तुम ठीक हो वहीं तू पैसे गया ना सही है तू पैसे की दिया वहीं पे भाई दावन मैं एक बकरियां जलना वाला ये सारी बकरियां जो चढ़ जाऊँ यार उन्हें ख्याल करना है वरना आप छोटा बिराग पैसे गिना ये अच्छा चुरा से रुक गया जल्दी अमीन कह क्या भाई दावन वाले ਕਿੰਗੀ ਨਾਲ ਭੇੜੀ ਜਾਈ ਵਜੇ ਰਾਂਜਨ ਬੱਕਰਾਂ ਸਾਡਿਆਂ ਜੇ ਰਹਿਣ ਨਾ ਇਹਨਾਂ ਦੀ ਆਦਤ ਬਣੀ ਖੜੀ ਹੈ ਇਹਦੇ ਸਾਹਮਣੇ ਸਾਰਾ ਟਿੱਬਾ ਹੈ ਇਹ ਜਾਂਦਾ ਉੱਤੋਂ ਸਵੇਰ ਸਵੇਰ ਨਾਲ ਸਰ ਵੀਡੀਓ ਬਣਾਉਣੀ ਸਵੇਰੇ ਸਵੇਰ ਸਵੇਰ ਨਾਲ ਉੱਠਸੋਂ ਚੱਲ ਵੀਡੀਓ ਬਣਾ ਸੋਂ ਇਹਦੇ ਵੀ ਟਿੱਬਾ ਇਹਦੇ ਸਾਹਮਣੇ ਸਾਗ ਹੈ ਮੇਰਾ ਥੋੜ੍ਹਾ ਉਹਨੇ ਦਿਖਾਇਆ ਸੀ ਜਿਹੜੇ ਅੰਦਰ ਪਾਸੇ ਦੀ ਲੱਥਾਂ ਥੱਲੇ ਅਤੇ ਇੱਥੇ ਕਪਾਹ ਹੀ ਕਪਾਹ ਟੁੱਕੀ ਵੀ ਆਉਣ ਇੱਥੇ ਕਣਕ ਰਵੀ ਸੀ ਇੱਥੇ ਰੋਟਰ ਮਰਿਆ ਸਨ ਪਹਿਲੇ ਰੋਟਰ ਤੋਂ ਬਾਅਦ ਵੱਲ ਕਲਟੀ ਹੋ ਸੀ ਕਲਟੀ ਤੋਂ ਬਾਅਦ ਵੱਲ ਲੈਂਦੇ ਕਣਕ ਛੱਟੀ ਸੀ ਪਾਣੀ ਲੱਗ ਸਨ ਬੰਨੇ ਮਰੇ ਸਨ ਪਹਿਲੇ ਬੰਨੇ ਮਰਿਆ ਸਨ ਬਾਅਦ ਪਾਣੀ ਲੱਗ ਸੀ ਬੰਨੇ ਤੋਂ ਬਗੈਰ ਤਾਂ ਪਾਣੀ ਨਹੀਂ ਲੱਗਦਾ ਨਾ ਯਾਰ ਇੱਥੇ ਮਰੇ ਜੀ ਰੋਟਰ ਵੀ ਮਰੇ ਜੀ ਆ ਫੱਟਾ ਛੱਟਾ ਜ਼ਮੀਨ ਸਿੱਧੀ ਥਈ ਵੀ ਹੈ ਇਹਦੋ ਤ੍ਰੀਜਾ ਚੌਥੇ ਦੀ ਵਾਰ ਟਰੈਕਟਰ ਲਗਾਵਦੇ ਉੱਥੋਂ ਲਿਖਿਆ ਸਨ ਸ਼ਾਮ ਕੋ ਬੱਕਰਿਆਂ ਬਾਅਦ ਗਈ ਨਾ ਬੱਕਰਿਆਂ ਵਾਲੀ ਹੁਣ ਖੋਲ ਕੇ ਆਇਆ ਬੱਕਰਿਆਂ ਚਰਾ ਕੇ ਬਾਅਦ ਕੇ ਵੱਲ ਉਹ ਲਿਖਿਆ ਸਨ ਟਰੈਕਟਰ ਚੱਲਦਾ ਵਧੇ ਡੋ ਸਾਹਮਣੇ ਟਿੱਬਾ ਹੈ ਜਿੱਥੇ ਤੁਹਾਨੂੰ ਨਜ਼ਰ ਦੱਸੀ ਉਹਨੇ ਘਰ ਆਉਂਦੇ ਸੀ ਨਜ਼ਰ ਆ ਗਿਆ ਤਾਂ ਇਹ ਸਾਹਮਣੇ ਉਹ ਸਾਹਮਣੇ ਮਕਾਨ ਨਜ਼ਰ ਆਉਂਦਾ ਕਿ ਨਹੀਂ ਮਕਾਨ ਕੋਲ ਟਰੈਕਟਰ ਚੱਲਦਾ ਵਾ ਬਹੁਤ ਸਾਰਾ ਵੱਡਾ ਟਿੱਬਾ ਸੀ ਉਹ ਸਿੱਧਾ ਬੱਕਰਾਂ ਨੂੰ ਤਾਂ ਉਹ ਲਿਖਿਆ ਸਨ ਸ਼ਾਮ ਕੋ ਮੈਂ ਜਨਾਬ ਬੇਰ 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 ਚਾਹੀ ਖੜੀ ਹੈ ਕਹਿੰਦਾ ਬੇਰ ਚਾਹੀ ਖੜੀ ਹੈ ਬੇਰ ਤਾਂ ਚਾਹੀ ਖੜੀ ਹੈ ਫਲ ਚਾਹੀ ਖੜੀ ਹੈ ਅੱਲਾ ਖੈਰ ਕਰੇ ਪਕਸੰਤ ਵੱਲ ਖਾ ਬੱਕਰਾਂ 'ਚ ਰਹਿੰਦੇ ਹੋ ਤਾਂ ਅੱਜ ਬੱਕਰਿਆਂ ਦਾ ਕੰਮ ਆਈ ਸਾਡੇ ਕੋਲੋਂ ਕਰਾਚੀ 'ਚੋਂ ਵਾਪਸੀ ਆਇਆ ਸਾਗੋ ਕੋਈ ਵੀਹਾ ਕੰਮ ਕੋਈ ਨਹੀਂ ਫਿਲਹਾਲ ਸਾਗੋ ਬੱਕਰਿਆਂ 'ਚ ਚਰਾਉਣ ਵਾਲਾ ਕੰਮ ਹੈ ਬਸ ਵੀਹਾ ਕੰਮ ਕਿੱਥੋਂ ਸੀ ਸਾਗੋ ਜਿਹੜੇ ਸਾਹਮਣੇ ਸਾਡੇ ਵੱਲ ਵਿਹਲਾ ਹੈ ਸਾਰੀ ਫਿਲਹਾਲ ਬੱਕਰਿਆਂ 'ਚ ਰਹਿੰਦਾ ਹੈ